ਸੋ ਦੋ ਦੋ ਤਿੰਨ ਤਿੰਨ ਮੈਚ ਖੇਡਣੇ ਆਲੇ ਦੁਆਲੇ ਪਿੰਡਾਂ ਦੇ ਵਿੱਚ ਮੋਟਰਸਾਈਕਲਾਂ ਦੇ ਅਲੱਗ ਅਲੱਗ ਕਿਸਾਨਾਂ ਨੂੰ ਲੈ ਕੇ ਜਾਣਾ। ਮੈਂ ਜਦੋਂ ਬਿਲਕੁਲ ਸ਼ੁਰੂਆਤ ਸ਼ੁਰੂ ਕੀਤਾ ਸੀ ਲੈਦਰ ਬਾਲ ਨਾਲ ਖੇਡਣਾ, ਉਦੋਂ ਪੈਸੇ ਪੰਜ ਪੰਜ ਰੁਪਏ ਇਕੱਠੇ ਕਰਕੇ, ਪਰ ਆਪਣਾ ਮੇਰੀ ਤਮੰਨਾ ਹੁੰਦੀ ਸੀ ਕਿ ਮੈਂ ਕ੍ਰਿਕਟ ਖੇਡ ਕੇ ਪਾਪੂਲਰ ਹੋਵਾਂ, ਅਤੇ ਮੇਰੇ ਫਾਦਰ ਸਾਹਿਬ ਦਾ ਸੁਪਨਾ ਹੁੰਦਾ ਸੀਗਾ ਕਿ ਇਹਨੂੰ ਸਿੰਗਰ ਬਣਾਉਣਾ, ਹੈ ਨਾ, ਫਿਊਚਰ ਲਈ ਉਨਾ ਕੁ ਪੈਸਾ ਵੀ ਕਮਾ ਲਿਆ, ਪਿਆਰ ਵੀ ਲੋਕਾਂ ਦਾ ਮਿਲੀ ਜਾਂਦਾ, ਹੈ ਨਾ। ਪਰ ਐਕਨੋਲਜਮੈਂਟ ਬਹੁਤ ਜ਼ਰੂਰੀ ਹੁੰਦੀ ਹੈ ਕਿ ਕਦੇ ਤੁਹਾਡਾ ਇੱਕ ਦੋ ਗਾਣੇ 'ਚ ਤੁਹਾਨੂੰ ਲੱਗਦਾ ਕਿ ਉਨੇ ਨਹੀਂ ਚੱਲੇ ਹੈਗੇ, ਤਾਂ ਉਹ ਚੀਜ਼ ਜ਼ਿਆਦਾ ਬੋਦਰ ਕਰਦੀ। ਹਾਂ, ਉਹ ਹੁੰਦਾ ਕਿ ਹਾਂਜੀ ਕਿ ਨਹੀਂ ਨਹੀਂ ਯਾਰ, ਪਹਿਲਾਂ ਇਹ ਵੀ ਚੀਜ਼ ਚਾਹੀਦੀ। ਤਾਂ ਮੈਨੂੰ ਲੱਗਦਾ ਕਿ ਨੋਟ ਈਵਨ ਕ੍ਰਿਕਟ ਕਿ ਕਿਸ ਕੋਈ ਵੀ ਗੇਮ ਜਦੋਂ ਆਪਾਂ ਖੇਡਦੇ ਹਾਂ, ਕੋਈ ਵੀ ਬੰਦਾ ਜਦੋਂ ਖੇਡਦਾ, ਤਾਂ ਉਹਨੂੰ ਜਿਹੜਾ ਜਿੱਤਣ ਦਾ, ਹਾਰਨ ਦਾ, ਲੜਨ ਦਾ, ਬਾਊਂਸ ਬੈਕ ਕਰਨ ਦਾ ਜਿਹੜਾ ਇੱਕ ਤੁਹਾਡਾ ਮਾਇੰਡ ਸੈੱਟ ਬਣਦਾ, ਉਹ ਤੁਹਾਡੀ ਦਾ ਉਮਰ ਤੁਹਾਡੇ ਕੰਮ ਆਉਂਦਾ। ਮੈਂ 85 ਬੋਰਨ ਹਾਂ ਜੀ, ਤਾਂ ਆਪਾਂ ਤਾਂ ਅਸੀਂ ਗੱਲ ਕਰਦੇ ਹਾਂ ਹਮੇਸ਼ਾ ਕਿ ਲੱਕੀਲੀ ਬਹੁਤ ਜ਼ਿਆਦਾ ਚੇਂਜ ਆਉਂਦੀ ਦੇਖੀ ਹੈ ਸੋਸਾਇਟੀ ਦੇ ਵਿੱਚ ਜਾਂ ਟੈਕਨੋਲੋਜੀ ਵਾਲੀ, ਤਾਂ ਬਹੁਤ ਚਿੱਠੀਆਂ ਲਿਖੀਆਂ ਜੀ, ਅਤੇ ਚਿੱਠੀ ਦਾ ਇੱਕ ਅਲੱਗ ਕਰੇਜ਼ ਸੀਗਾ, ਇੱਕ ਤੁਹਾਡਾ ਫਿਜ਼ੀਕਲ ਟੱਚ, ਤੁਹਾਡੀ ਅਟੈਚਮੈਂਟ ਕਿ ਕਿਸੇ ਨੇ ਪਰਸਨਲ ਲਿਖ ਕੇ ਭੇਜਿਆ। ਲਾਈਕ ਹੁਣ ਟੈਕਸਟ ਮੈਸੇਜ 'ਚ ਆਪਾਂ ਸਮਾਈਲੀਆਂ ਸਮੂਲੀਆਂ ਜਿੰਨੇ ਮਰਜ਼ੀ ਦੇ ਲਓ, ਹੱਗ ਜੁੱਗ 'ਚ ਭੇਜ ਦਈਏ, ਪਰ ਉਹ ਗੱਲ ਨਹੀਂ ਬਣਦੀ ਜਿਹੜੇ ਇੱਕ ਹੱਥ ਨਾਲ ਲਿਖਿਆ ਹੋਵੇਗੀ, ਹੈ ਨਾ ਜੀ। ਸਤਿ ਸ਼੍ਰੀ ਅਕਾਲ ਜੀ, ਡਾਕ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ। ਮੇਰੇ ਨਾਲ ਮੌਜੂਦ ਨੇ ਪੰਜਾਬ ਦਾ ਸ਼ੇਰ ਦੇ ਪ੍ਰੋਮੀਨੈਂਟ ਟੀਮ ਮੈਂਬਰ ਬੱਬਲ ਰਾਏ ਜੀ। ਸਤਿ ਸ਼੍ਰੀ ਅਕਾਲ ਜੀ, ਕਿਵੇਂ ਹੋ ਤੁਸੀਂ? ਸਤਿ ਸ਼੍ਰੀ ਅਕਾਲ ਜੀ, ਮੈਂ ਵਧੀਆ, ਸਾਰੇ ਦਰਸ਼ਕਾਂ ਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਭ ਤੋਂ ਪਹਿਲਾਂ ਬੜੇ ਸਿੰਪਲ ਜਿਹਾ ਕੁਐਸਚਨ ਹੈ, ਪਰ ਮੈਨੂੰ ਲੱਗਦਾ ਕਿ ਤੁਸੀਂ ਰਿਲੇਟ ਕਰੋਗੇ ਉਹਦੇ ਨਾਲ। ਕ੍ਰਿਕਟ ਤੋਂ ਕਿੰਨਾ ਕੁ ਪੁਰਾਣਾ ਰਿਸ਼ਤਾ? ਮੈਨੂੰ ਲੱਗਦਾ ਕਿ ਜਦੋਂ ਵੀ ਸੁਰਤ ਸੰਭਾਲੀ ਹੈ ਜੀ, ਜਦੋਂ ਤੋਂ ਆਪਣੇ ਆਪ ਜੋਗੇ ਹੋਇਆ, ਤਾਂ ਉਦੋਂ ਤੋਂ ਕ੍ਰਿਕਟ ਖੇਡਣ ਦਾ ਮਤਲਬ ਹਮੇਸ਼ਾ ਤੋਂ ਬਹੁਤ ਚਾਅ ਰਿਹਾ, ਅਤੇ ਮਤਲਬ ਹਾਲੇ ਤੱਕ ਵੀ ਉਹਨਾਂ। ਸੋ ਮੈਨੂੰ ਲੱਗਦਾ ਹੁੰਦਾ ਕਿ ਇੱਕ ਰੂਹ ਦੀ ਖੁਰਾਕ ਆਪਾਂ ਸ਼ਬਦ ਯੂਜ਼ ਕਰਦੇ ਹੁੰਦੇ, ਸੋ ਕ੍ਰਿਕਟ ਖੇਡਣਾ ਮੇਰੇ ਲਈ ਈਵਨ ਦੇਖਣਾ ਵੀ ਰੂਹ ਦੀ ਖੁਰਾਕ ਹੈ। ਕੋਈ ਪੁਰਾਣੀ ਕ੍ਰਿਕਟ ਤੋਂ ਰਿਲੇਟਡ ਇਹੋ ਜਿਹੀ ਯਾਦ ਜੋ ਅੱਜ ਵੀ ਫੀਲਡ 'ਤੇ ਹਿੱਟ ਕਰ? ਬਹੁਤ ਯਾਦਾਂ ਜੀ, ਮਤਲਬ ਮੈਂ ਪਹਿਲਾਂ ਵੀ ਦੱਸ ਕੇ ਆਇਆ ਇੰਟਰਵਿਊ ਦੇ ਵਿੱਚ ਕਿ ਜਦੋਂ ਤੱਕ ਮੈਂ ਆਸਟ੍ਰੇਲੀਆ ਨਹੀਂ ਗਿਆ ਸੀਗਾ, ਤਾਂ ਇੱਕੋ ਹੀ ਕੰਮ ਹੁੰਦਾ ਸੀ ਵੀ ਕ੍ਰਿਕਟ ਖੇਡਣਾ, ਹੈ ਨਾ, ਤਾਂ ਘਰਦਿਆਂ ਨੇ ਵੀ ਕਦੇ ਰੋਕਿਆ ਨਹੀਂਗਾ। ਸੋ ਦੋ ਦੋ ਤਿੰਨ ਤਿੰਨ ਮੈਚ ਖੇਡਣੇ ਆਲੇ ਦੁਆਲੇ ਪਿੰਡਾਂ ਦੇ ਵਿੱਚ ਮੋਟਰਸਾਈਕਲਾਂ ਦੇ ਅਲੱਗ ਅਲੱਗ ਕਿਸਾਨਾਂ ਨੂੰ ਲੈ ਕੇ ਜਾਣਾ। ਮੈਂ ਜਦੋਂ ਬਿਲਕੁਲ ਸ਼ੁਰੂਆਤ 'ਚ ਸ਼ੁਰੂ ਕੀਤਾ ਸੀ ਲੈਦਰ ਬਾਲ ਨਾਲ ਖੇਡਣਾ, ਉਦੋਂ ਪੈਸੇ ਪੰਜ ਪੰਜ ਰੁਪਏ ਇਕੱਠੇ ਕਰਕੇ ਸਾਰਿਆਂ ਨੇ, ਹੈ ਨਾ, ਇੱਕ ਦੂਜੇ ਦੇ ਪੈਸੇ ਕਦੇ ਦੋਸਤਾਂ ਮਿੱਤਰਾਂ ਦੇ ਦੇਣੇ। ਸੋ ਬੜੀਆਂ ਯਾਦਾਂ ਜੀ, ਬਾਅਦ 'ਚੋਂ ਪਿੰਡਾਂ 'ਚ ਟੂਰਨਾਮੈਂਟ ਖੇਡ ਕੇ ਮੋਟਰਾਂ 'ਤੇ ਨਹਾਉਣਾ, ਅਤੇ ਮਤਲਬ ਕਿ ਉਹੀ ਲਟਕ ਲਟਕ ਕੇ ਜਾਣਾ ਆਉਣਾ, ਬਹੁਤ ਯਾਦਾਂ ਜੀ। ਆਡ ਜੋਬਸ ਕੀਤੀਆਂ, ਫਾਦਰ ਸਾਹਿਬ ਦਾ ਸੁਪਨਾ ਪੂਰਾ ਕੀਤਾ, ਆਪਣਾ ਸੁਪਨਾ ਪੂਰਾ ਹੋਇਆ? ਹਾਂਜੀ, ਮੇਰਾ ਇੱਕ ਸੁਪਨਾ ਜਾਂ ਇੱਕ ਗੱਟ ਫੀਲਿੰਗ ਹੁੰਦੀ ਸੀ ਛੋਟੇ ਹੁੰਦੇ, ਪਤਾ ਨਹੀਂ ਗਾ ਕਿ ਮੈਨੂੰ ਲੱਗਦਾ ਸ਼ਾਇਦ ਸਾਰਿਆਂ ਨੂੰ ਹੁੰਦੀ ਹੋਊਗੀ, ਮੈਨੂੰ ਬੜਾ ਸਟਰੋਂਗਲੀ ਲੱਗਦਾ ਹੁੰਦਾ ਸੀ ਕਿ ਮੈਂ ਫੇਮਸ ਹੋਊਂਗਾ ਵੱਡਾ ਹੋ ਕੇ, ਹੈ। ਪਰ ਆਪਣਾ ਮੇਰੀ ਤਮੰਨਾ ਹੁੰਦੀ ਸੀ ਕਿ ਮੈਂ ਕ੍ਰਿਕਟ ਖੇਡ ਕੇ ਪਾਪੂਲਰ ਹੋਵਾਂ, ਅਤੇ ਮੇਰੇ ਫਾਦਰ ਸਾਹਿਬ ਦਾ ਸੁਪਨਾ ਹੁੰਦਾ ਸੀਗਾ ਕਿ ਇਹਨੂੰ ਸਿੰਗਰ ਬਣਾਉਣਾ, ਹੈ ਨਾ। ਸੋ ਕਹਿ ਲਓ ਕਿ ਕੁਦਰਤ ਵੱਲੋਂ ਲਾ ਲਓ ਕਿ ਪਹਿਲਾਂ ਫਾਦਰ ਸਾਹਿਬ ਦਾ ਸੁਪਨਾ ਪੂਰਾ ਹੋਇਆ, ਹੁਣ ਉਹ ਸੁਪਨਾ ਪੂਰਾ ਹੋਣ ਕਰਕੇ, ਕਿਉਂਕਿ ਮੈਨੂੰ ਸੈਲੀਬ੍ਰਿਟੀਜ਼ ਕਾਊਂਟ ਕਰ ਲੈਂਦੇ ਆ, ਤਾਂ ਫਿਲਮਾਂ ਦਾ ਜਿਹੜਾ ਕ੍ਰਾਈਟੇਰੀਆ ਮੈਂ ਮੈਚ ਕਰਦਾ, ਤਾਂ ਮੈਨੂੰ ਆਪਣਾ ਸੁਪਨਾ ਪੂਰਾ ਕਰਨ ਦਾ ਵੀ ਮੌਕਾ ਮਿਲਿਆ ਜੋ CCL ਨੇ ਦਿੱਤਾ। ਸੋ ਮਤਲਬ ਕਿ ਮੈਂ ਤੁਹਾਨੂੰ ਦੱਸ ਹੀ ਨਹੀਂ ਸਕਦਾ ਕਿ CCL ਨੂੰ ਲੈ ਕੇ ਕਿੰਨਾ ਐਕਸਾਈਟਡ ਸਾਰੇ ਰਹਿੰਦੇ ਆ ਜਿੰਨੇ ਵੀ ਆਰਟਿਸਟ ਹੈਗੇ ਜੀ, ਕਿਉਂਕਿ ਸਾਰਿਆਂ ਨੂੰ ਕ੍ਰਿਕਟ ਨਾਲ ਬਹੁਤ ਪਿਆਰ ਹੈ। ਹਰ ਆਰਟਿਸਟ ਦੀ ਰੂਹ ਦੀ ਖੁਰਾਕ ਹੁੰਦੀ ਹੈ, ਕਿਸੇ ਨੂੰ ਪਾਪੂਲੈਰਿਟੀ ਪਸੰਦ ਹੁੰਦੀ ਹੈ ਕਿਸੇ ਫੇਜ਼ ਦੇ ਵਿੱਚ, ਕਿਸੇ ਨੂੰ ਪੈਸਾ ਵਧੀਆ ਲੱਗਦਾ, ਕਿਸੇ ਨੂੰ ਐਕਨੋਲਜਮੈਂਟ ਵਧੀਆ ਲੱਗਦੀ ਆ। ਤੁਹਾਡੀ ਐਜ਼ ਅ ਪਰਸਨ, ਐਜ਼ ਐਨ ਆਰਟਿਸਟ, ਰੂਹ ਦੀ ਖੁਰਾਕ ਸਭ ਤੋਂ ਜ਼ਿਆਦਾ? ਜਿਹੜੇ ਤਿੰਨ ਚਾਰ ਐਲੀਮੈਂਟ ਤੁਸੀਂ ਨਾਮ ਲਿੱਤੇ ਜੀ, ਮੈਨੂੰ ਲੱਗਦਾ ਕਿ ਸਾਰੇ ਬਹੁਤ ਜ਼ਰੂਰੀ ਹੁੰਦੇ ਆ, ਹਰ ਇੱਕ ਚੀਜ਼ ਦੀ ਆਪਣੀ ਅਹਿਮੀਅਤ ਆ, ਹੈ ਨਾ। ਪੈਸਾ ਰੱਬ ਨਹੀਂ ਗਾ, ਪਰ ਪੈਸਾ ਬਹੁਤ ਵੱਡੀ ਚੀਜ਼ ਆ, ਠੀਕ ਹੈ ਨਾ ਜੀ। ਸੋ ਉਹ ਵੀ ਚਾਹੀਦਾ ਹੁੰਦਾ ਤੁਹਾਨੂੰ, ਤੁਹਾਡੀ ਕਿਚਨ ਵੀ ਸਿਕਿਓਰ ਕਰਨੀ ਹੁੰਦੀ ਆ। ਇੱਕ ਆਰਟਿਸਟ ਲਈ ਐਕਨੋਲਜਮੈਂਟ, ਐਪਰੀਸੀਏਸ਼ਨ, ਉਹ ਹੋਰ ਵੀ ਵੱਡੀ ਗੱਲ ਆ, ਹੈ ਨਾ, ਕਿਉਂਕਿ ਇੱਕ ਟਾਈਮ ਦੇ ਆ ਕੇ ਉੱਪਰ, ਹੁਣ ਜਿਵੇਂ ਲਾ ਲਓ ਕਿ ਮੈਂ ਆਪਣੀ ਗੱਲ ਕਰਾਂ, ਤਾਂ ਮੈਨੂੰ 15 ਸਾਲ ਹੋ ਗਏ ਜੀ ਇਸ ਕੰਮ ਦੇ ਵਿੱਚ, ਹੈ ਨਾ, ਲੱਗੇ ਹੋਇਆਂ ਨੂੰ। ਸੋ ਇੱਕ ਕਹਿ ਸਕਦੇ ਹਾਂ ਕਿ ਸਿਕਿਓਰ ਜਿਹਾ ਫਿਊਚਰ ਲਈ ਉਨਾ ਕੁ ਪੈਸਾ ਵੀ ਕਮਾ ਲਿਆ, ਪਿਆਰ ਵੀ ਲੋਕਾਂ ਦਾ ਮਿਲੀ ਜਾਂਦਾ, ਹੈ ਨਾ।
ਪਰ ਐਕਨੋਲੇਜਮੈਂਟ ਬਹੁਤ ਜ਼ਰੂਰੀ ਹੁੰਦੀ ਹੈ ਕਿ ਕਦੇ ਤੁਹਾਡਾ ਇੱਕ ਦੋ ਗਾਣੇ 'ਚ ਤੁਹਾਨੂੰ ਲੱਗਦਾ ਕਿ ਉਹਨੇ ਨਹੀਂ ਚੱਲੇ ਹੈਗੇ ਤਾਂ ਉਹ ਚੀਜ਼ ਜ਼ਿਆਦਾ ਬੋਦਰ ਕਰਦੀ ਹਾਂ, ਉਹ ਹੁੰਦਾ ਕਿ ਹਾਂਜੀ ਕਿ ਨਹੀਂ ਨਹੀਂ ਯਾਰ ਪਹਿਲਾਂ ਇਹ ਵੀ ਚੀਜ਼ ਚਾਹੀਦੀ ਹੈ। ਸੋ ਮੈਨੂੰ ਲੱਗਦਾ ਸਾਰੀਆਂ ਚੀਜ਼ਾਂ ਦਾ ਬੈਲੈਂਸ ਤੁਸੀਂ ਬਣਾ ਸਕੋ ਅਤੇ ਉਹਦੇ ਲਈ ਮਤਲਬ ਡੈਡੀਕੇਸ਼ਨ ਨਾਲ ਕੰਮ ਕਰ ਸਕੋ, ਇਹੀ ਸਾਡੀ ਜੋਬ ਵੀ ਆ ਅਤੇ ਉਹ ਹੁੰਦਾ ਰਹੇ ਤਾਂ ਫਿਰ ਸਭ ਸਹੀ ਹੈ ਜੀ। ਹਾਂ, ਥੀਏਟਰ ਤੋਂ ਵੀ ਤੁਹਾਡਾ ਪੁਰਾਣਾ ਰਿਸ਼ਤਾ ਅਤੇ ਜਿਹੜੀ ਕਲਾ ਹੈ ਅਤੇ ਸਪੋਰਟਸਮੈਨਸ਼ਿਪ ਹੈ, ਇਹਦੇ 'ਚ ਕੋਈ ਮੇਲ ਹੈਗਾ, ਕੋਈ ਸੰਗਮ ਹੈ? ਮਤਲਬ ਤੁਸੀਂ ਕਹਿ ਰਹੇ ਹੋ ਕਿ ਕ੍ਰਿਕਟ ਦੇ ਵਿੱਚ ਤੇ ਮਤਲਬ ਜਿਹੜਾ ਮੇਰੇ ਕਿਉਂਕਿ ਤੁਸੀਂ ਥੀਏਟਰ ਕੀਤਾ ਹੋਇਆ ਵੀ ਉਹ ਪੇਸ਼ੈਂਸ ਆ ਜਾਂਦਾ, ਇਹ ਸਾਰੀ ਚੀਜ਼ਾਂ ਔਨ ਫੀਲਡ ਤੁਹਾਨੂੰ ਹੈਲਪ ਕੀਤੀ? ਮੈਨੂੰ ਲੱਗਦਾ ਕਿ ਜੀ ਸਪੋਰਟਸਮੈਨ ਹੋਣ ਦਾ ਜ਼ਿਆਦਾ ਮਤਲਬ ਫਾਇਦਾ ਹੁੰਦਾ ਮੈਨੂੰ, ਕਿਉਂਕਿ ਜਿਹੜਾ ਮੇਰਾ ਪਹਿਲਾਂ ਮੇਰਾ ਮਾਇੰਡ ਸੈੱਟ ਜਾਂ ਇੰਨੇ ਸਾਲਾਂ ਤੋਂ ਖੇਡਦੇ ਰਹਿੰਦੇ, ਕਦੇ ਕੋਈ ਸ਼ਾਮ ਘਰੇ ਗੁਜ਼ਾਰੀ ਨਹੀਂ, ਗਰਾਊਂਡ 'ਚ ਹੀ ਹੁੰਦੇ ਸੀਗੇ, ਹੈ ਨਾ, ਕੋਈ ਸੰਡੇ ਨਹੀਂ, ਕਦੇ ਵਿਆਹ ਸ਼ਾਦੀਆਂ ਨਹੀਂ, ਆਪਣੇ ਰਿਸ਼ਤੇਦਾਰਾਂ ਦੀਆਂ ਦੇਖੀਆਂ, ਹੈ ਨਾ, ਕਿ ਵੀ ਮੈਚ ਖੇਡਣਾ, ਹੈ ਨਾ, ਕਰਕੇ। ਤਾਂ ਮੈਨੂੰ ਲੱਗਦਾ ਕਿ ਨੋਟ ਈਵਨ ਕ੍ਰਿਕਟ ਕਿ ਕਿਸ ਕੋਈ ਵੀ ਗੇਮ ਜਦੋਂ ਆਪਾਂ ਖੇਡਦੇ ਹਾਂ, ਕੋਈ ਵੀ ਬੰਦਾ ਜਦੋਂ ਖੇਡਦਾ ਹੈ ਤਾਂ ਉਹਨੂੰ ਜਿਹੜਾ ਜਿੱਤਣ ਦਾ, ਹਾਰਨ ਦਾ, ਲੜਨ ਦਾ, ਬਾਊਂਸ ਬੈਕ ਕਰਨ ਦਾ ਜਿਹੜਾ ਇੱਕ ਤੁਹਾਡਾ ਮਾਇੰਡ ਸੈੱਟ ਬਣਦਾ, ਉਹ ਤੁਹਾਡੀ ਦਾ ਉਮਰ ਤੁਹਾਡੇ ਕੰਮ ਆਉਂਦਾ, ਉਹ ਇਸ ਪ੍ਰੋਫੈਸ਼ਨ 'ਚ ਕੰਮ ਆਉਂਦਾ ਸਿੰਗਿੰਗ ਦੇ ਵਿੱਚ, ਕਿ ਜਦੋਂ ਤੁਹਾਨੂੰ ਫੇਲੀਅਰ 'ਚ ਸਕਸੈਸ ਨੂੰ ਤੁਸੀਂ ਮੈਨੇਜ ਕਰ ਪਾਉਂਦੇ ਹੋ, ਆਪਣੇ ਸਿਰ ਨੂੰ ਨਹੀਂ ਚੜ੍ਹਨ ਦੇਣਾ ਕਿਸੇ ਚੀਜ਼ ਨੂੰ, ਹੈ ਨਾ। ਸੋ ਮੈਨੂੰ ਲੱਗਦਾ ਕਿ ਜਿਹੜਾ ਸਪੋਰਟਸ ਪਰਸਨ ਵਾਲਾ ਜਿਹੜਾ ਮਾਇੰਡ ਸੈੱਟ ਆ ਉਹ ਜ਼ਿੰਦਗੀ ਦੇ ਵਿੱਚ ਅਤੇ ਸਾਡੇ ਇਸ ਪ੍ਰੋਫੈਸ਼ਨ ਦੇ ਵਿੱਚ ਬਹੁਤ ਕੰਮ ਆਉਂਦਾ। ਤੁਹਾਡੀ ਟੀਮ ਮੈਂਬਰਸ ਨੇ ਕਾਫੀ ਤਾਰੀਫ ਕੀਤੀ ਹੈ ਤੁਹਾਡੀ ਸਪੋਰਟਸਮੈਨਸ਼ਿਪ ਦੀ, ਤੁਹਾਡੀ ਪਲੇਇੰਗ ਦੀ। ਤੁਹਾਡੇ ਹਿਸਾਬ ਨਾਲ ਬੈਸਟ ਪਲੇਅਰ ਤੁਹਾਡੀ ਟੀਮ ਦੇ ਵਿੱਚ ਜਾਂ ਆਪੋਜ਼ਿਟ ਟੀਮ ਦੇ ਵਿੱਚ ਕੌਣ ਹੈ? ਨਹੀਂ, ਮੈਨੂੰ ਲੱਗਦਾ ਕਿ ਜੀ ਅਸੀਂ ਸ਼ਾਇਦ ਸਾਨੂੰ ਉਨੇ ਮੈਚ ਨਹੀਂ ਖੇਡਣ ਨੂੰ ਮਿਲਦੇ ਹੈਗੇ ਕਿ ਆਪਾਂ ਇਹ ਤੈਅ ਕਰਦੇ ਫਿਰੀਏ ਜਾਂ ਮੈਂ ਨਹੀਂ ਜੱਜ ਕਰਨਾ ਚਾਹੂੰਗਾ ਇਹ ਕਿ ਕੌਣ ਬੈਸਟ ਪਲੇਅਰ ਹੈ, ਕਿਉਂਕਿ ਜਿਹੜਾ ਵੀ ਆਪਣਾ ਕੰਮ ਛੱਡ ਕੇ, ਹੈ ਨਾ, ਆਪਣਾ ਟਾਈਮ ਕੱਢ ਕੇ, ਕਿਉਂਕਿ ਇਹਦੇ ਵਿੱਚ ਸਾਨੂੰ ਕੋਈ ਉਹੀ ਹੈ ਕਿ ਕਮਰਸ਼ੀਅਲਸ ਤਾਂ ਐਡਿਡ ਨਹੀਂ ਹੈਗਾ ਕਿ ਅਸੀਂ ਪੈਸੇ ਲਈ ਨਹੀਂ ਖੇਡਦੇ ਹੈਗੇ, ਹੈ ਨਾ। ਸੋ ਸਾਰੇ ਗੇਮ ਦੇ ਪਿਆਰ ਲਈ ਖੇਡਦੇ ਹਾਂ। ਸੋ ਜੋ ਵੀ ਆਉਂਦਾ ਉਹ ਬੈਸਟ ਹੀ ਆ, ਕਿਉਂਕਿ ਉਹਦਾ ਦਿਲ ਹੈ, ਉਹ ਕਰੋ ਕੁਛ ਆਪਣਾ ਕੰਮ ਛੱਡ, ਹਾਂ, ਕਿ ਯਾਰ ਮੈਂ ਖੇਡਣਾ ਚਾਹੁੰਦਾ, ਟੀਮ ਲਈ ਜਿੱਤਣਾ ਚਾਹੁੰਦਾ। ਸੋ ਸਾਰੇ ਬੈਸਟ ਆ ਜੀ। ਬਾਕੀ ਜੇ ਸੀਨੀਅਰਸ ਨੇ ਜਾਂ ਸਾਡੇ ਟੀਮ ਮੇਟਸ ਨੇ ਤਾਰੀਫ ਕੀਤੀ ਆ ਤਾਂ ਆਈ ਵਾਂਟ ਟੂ ਸੇ ਥੈਂਕਸ ਟੂ ਦੈਮ, ਮੈਂ ਲੇਟ ਹੋ ਗਿਆ। ਐਬਸੋਲੂਟਲੀ, ਮੋਰ ਪਾਵਰ ਟੂ ਯੂ ਬਬਲ ਜੀ। ਲਾਸਟ ਕੁਐਸਚਨ ਹੈ, ਕਿਉਂਕਿ ਸਾਡੇ ਚੈਨਲ ਦਾ ਨਾਮ ਡਾਕ ਹੈ, ਤੁਸੀਂ ਡਾਕ ਪਾਈ ਵੀ ਹੋਣੀ ਹੈ? ਮੈਂ 85 ਬੋਰਨ ਹਾਂ ਜੀ, ਤਾਂ ਆਪਾਂ ਤਾਂ ਅਸੀਂ ਗੱਲ ਕਰਦੇ ਨੇ ਹਮੇਸ਼ਾ ਕਿ ਲੱਕੀਲੀ ਬਹੁਤ ਜ਼ਿਆਦਾ ਚੇਂਜ ਆਉਂਦੀ ਦੇਖੀ ਆ ਸੋਸਾਇਟੀ ਦੇ ਵਿੱਚ ਜਾਂ ਟੈਕਨੋਲੋਜੀ ਵਾਈਜ਼, ਤਾਂ ਬਹੁਤ ਚਿੱਠੀਆਂ ਲਿਖੀਆਂ ਜੀ। ਅਤੇ ਕੋਈ ਇਹੋ ਜਿਹੀ ਚਿੱਠੀ ਜਿਹਦਾ ਸਰਨਾਵਾ ਅਜੇ ਤੱਕ ਨਹੀਂ ਹੈ, ਜਿਹੜੀ ਤੁਸੀਂ ਪਾਉਣ ਦੀ ਸੋਚੀ ਤਾਂ ਪਰ ਪਹੁੰਚੀ ਨਹੀਂ? ਨਹੀਂ, ਸਰਨਾਵੇ ਪਤਾ ਹੁੰਦੇ ਵੀ ਨਹੀਂ ਪਹੁੰਚੀਆਂ। ਹਾਂ 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 ਜੀ ਹਾਂ, ਨਹੀਂ ਨਹੀਂ, ਮੈਂ ਮਤਲਬ ਜਿੱਦਾਂ ਮੇਰੇ ਮਾਮਾ ਜਿਹੜੀ ਫੌਜ 'ਚ ਹੁੰਦੇ ਸੀਗੇ, ਵਿੱਚੋਂ ਡੈਡ ਅਮੈਰੀਕਾ ਰਹੇ, ਤਾਂ ਉਦੋਂ ਚਿੱਠੀਆਂ ਆਉਂਦੀਆਂ ਸੀਗੀਆਂ, ਫਿਰ ਮੰਮੀ ਨੇ ਬੋਲਣਾ ਜਾਂ ਆਪਾਂ ਲਿਖਾਉਂਦੇ ਵੀ ਜਵਾਕਾਂ ਤੋਂ, ਹੈ ਨਾ, ਅਤੇ ਪੋਸਟ ਕਰਕੇ ਆਉਣੀਆਂ। ਸੋ ਚਿੱਠੀ ਆਈ ਦਾ ਚਾਅ ਬੜਾ ਹੁੰਦਾ ਸੀ, ਰੱਖੜੀਆਂ ਆਉਣੀਆਂ ਚਿੱਠੀਆਂ ਦੇ ਵਿੱਚ, ਉਦੋਂ ਚਿੱਠੀ ਦਾ ਇੱਕ ਅਲੱਗ ਕਰੇਜ਼ ਸੀਗਾ, ਇੱਕ ਤੁਹਾਡਾ ਫਿਜ਼ੀਕਲ ਟੱਚ, ਤੁਹਾਡੀ ਅਟੈਚਮੈਂਟ ਕਿ ਕਿਸੇ ਨੇ ਪਰਸਨਲ ਲਿਖ ਕੇ ਭੇਜਿਆ। ਲਾਈਕ ਹੁਣ ਟੈਕਸਟ ਮੈਸੇਜਸ 'ਚ ਆਪਾਂ ਸਮਾਈਲੀਆਂ ਸਮੂਲੀਆਂ ਜਿੰਨੇ ਮਰਜ਼ੀ ਦਿਲ ਹੱਗ ਜੁਗ 'ਚ ਭੇਜ ਦਈਏ, ਪਰ ਉਹ ਗੱਲ ਨਹੀਂ ਬਣਦੀ ਜਿਹੜੇ ਇੱਕ ਹੱਥ ਨਾਲ ਲਿਖਿਆ ਹੋਵੇ ਵੀ, ਹੈ ਨਾ ਜੀ, ਉਹ ਹੱਥ ਨਾਲ ਲਿਖੀ ਹੱਗ ਕਿਸੇ ਨੂੰ ਪਹੁੰਚਾਉਣੀ ਨਹੀਂ। ਮੈਂ ਆਪਣੇ ਦਰਸ਼ਕਾਂ ਨੂੰ ਜੋ ਮੈਨੂੰ ਆਪਣਾ ਕੀ ਕਹਿੰਦੇ ਹੁੰਦੇ ਆ, ਕੋਈ ਮੇਰੇ ਮਿਊਜ਼ਿਕ ਨੂੰ ਜਾਂ ਮੇਰੇ ਕੰਮ ਨੂੰ ਫੋਲੋ ਕਰਦਾ ਜਾਂ ਮੈਨੂੰ ਪਸੰਦ ਕਰਦਾ, ਤਾਂ ਉਹਨਾਂ ਨੂੰ ਜਿਹੜੇ ਨਹੀਂ ਵੀ ਕਰਦੇ ਉਹਨਾਂ ਨੂੰ ਵੀ ਬਹੁਤ ਬਹੁਤ ਪਿਆਰ ਅਤੇ ਘੁੱਟ ਕੇ ਰੱਖੀ ਮੁਬਾਰਕਾਂ ਤੁਹਾਨੂੰ। ਬਸ ਸ਼ੁਕਰੀਆ ਜੀ, ਸਤਿ ਸ਼੍ਰੀ ਅਕਾਲ।